ਰਾਜਸਥਾਨ ਦੇ ਜੋਧਪੁਰ ਚੜ੍ਹ ਪੜੀ ਹਿੰਸਾ ਤੋਂ ਬਾਅਦ ਅੱਜ ਵੀ 10 ਥਾਣਾ ਖੇਤਰਾ ਚ ਕਰਫਿਊ ਚੱਲ ਰਿਹਾ ਹੈ ਇਸ ਤੋਂ ਇਲਾਵਾ ਇੰਟਰਨੈਟ ਸੇਵਾਵਾਂ ਵੀ ਫਿਲਹਾਲ ਬੰਦ ਕੀਤੀਆਂ ਗਈਆਂ ਥਾਂ ਥਾਂ ਤੇ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਪੁਲਿਸ ਨੇ ਹਿੰਸਾ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਦਬਿਸ਼ ਵੀ ਤੇਜ਼ ਕਰ ਦਿੱਤੀ ਹੈ ਹੁਣ ਤੱਕ 90 ਤੋਂ ਵੱਧ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਸੋਮਵਾਰ ਰਾਤ ਧਾਰਮਿਕ ਝੰਡਾ ਲਗਾਉਣ ਨੂੰ ਲੈ ਕੇ ਜੋਧਪੁਰ ਦੇ ਜਲੋਰੀ ਗੇਟ ਤੇ ਹਿੰਸਾ ਹੋਈ ਸੀ ਜੋ Eid ਦੇ ਦਿਨ ਮੁੜ ਪੜ ਗਈ ਸੀ